19 ਰੋਟੀਆਂ ਖਾ ਕੇ ਮਿਸਤਰੀ ਤੁਹਾਨੂੰ ਮੈਨੂੰ ਨਹੀਂ ਲੱਗਦਾ ਇਹ ਬਾਰ ਦੇ ਨੇੜੇ ਜਾਊਗਾ। ਹਾਂਜੀ ਬਾਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਿਨ ਅੱਜ ਹੈਗਾਗਾ ਐਤਵਾਰ ਤੇ ਇੱਧਰ ਆਪਾਂ ਸਮਾਨ ਵੀ ਚੱਕ ਲਿਆ ਤੇ ਆਪਾਂ ਲੱਗੇ ਅੱਜ ਬਾਰ ਉੱਚਾ ਕਰਨ ਕਿਉਂਕਿ ਆਪਣੀ ਜਿਹੜੀ ਬਾਰ 'ਚ ਸੜਕ ਬਣ ਗਈ ਨਾ ਤੇ ਇੱਕ ਆਪਾਂ ਬਾਰ 'ਚ ਪੁਲੀ ਜਿਹੀ ਬਣਾ ਲਈ ਜਿਹੜੀ ਨਾਲੀ ਤੇ ਉਹਦੇ ਨਾਲ ਹੁਣ ਜਦੋਂ ਮੀਂਹ ਆਉਂਦਾ ਹੈਗਾ ਤਾਂ ਬਾਰ 'ਚ ਜਾ ਕੇ ਪਾਣੀ ਖੜ ਜਾਂਦਾ ਹੈਗਾ ਤੇ ਪਾਣੀ ਨਾਲੀ ਦੇ ਵਿੱਚ ਨਹੀਂ ਪੈਂਦਾ ਹੈਗਾ ਤੇ ਇਸੇ ਕਰਕੇ ਹੁਣ ਮੈਂ ਮਿਸਤਰੀ ਨੂੰ ਕਿਹਾ ਆ ਮਿਸਤਰੀ ਪੂਰਾ ਸਰਾ ਰਿਹਾ ਚੋਟੀ ਦਾ ਆਪਣੇ ਘਰੇ ਤੇ ਕਿਹਾ ਹੁਣ ਮੈਂ ਬਾਰ ਖੋਲ ਖਾਲ ਕੇ ਤੇ ਬਾਰ ਕਰ ਦਾਂਗਾ ਤੇ ਫਿਰ ਬੇਰੇ ਬੂਰੇ ਪੱਟ ਕੇ ਤੇ ਤਾਂ ਲਾਉਣੇ ਆ ਬਾਕੀ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਕੀ ਕਰਨਾ ਆਪਾਂ ਕੀ ਨਹੀਂ ਕਰਨਾ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਕਰੋ ਆਪਣਾ ਬਲੌਗ ਇੰਜੋਏ। ਆ ਦੇਖੋ ਭਈਆ ਜਿਹੜਾ ਆਪਣੇ ਗੇਟ ਆ ਨਾ ਅੱਜ ਜਮਾਂ ਥੱਲੇ ਲੱਗ ਗਏ ਆ ਤੇ ਹੁਣ ਨਾ ਆਪਾਂ ਆਹ ਚੀਜ਼ ਨੂੰ ਪੱਟ ਕੇ ਜਿਹੜੇ ਦੀ ਆਹ ਨਹੀਂ ਲੱਗੇ ਹੁੰਦੇ ਬੇਰੇ ਜੀ ਇੱਕ ਆਹ ਵੀ ਲੱਗਿਆ ਹੋਇਆ ਨਾ ਤੇ ਇਹਨਾਂ ਨੂੰ ਚੱਕ ਕੇ ਆਪਾਂ ਤਾਂ ਉੱਚੇ ਕਰਕੇ ਤਾਂ ਹੋਰ ਕੱਢ ਦਾਂਗੇ ਕੋਲੇ ਆਪਾਂ ਤੇ ਕਰਦੇ ਇਹਨਾਂ ਦਾ ਜਗਾੜਮੈਂਟ ਹੁਣ ਕਿਹਨਾਂ ਤੈਨੂੰ ਮੈਂ ਖੋਲ ਦਾਂਗਾ ਪੱਟ ਦਾਂਗਾ ਤੇ ਉਦੋਂ ਬਾਅਦ ਵੇਣੇ ਆ ਫਿਰ ਕੀ ਬਣਦਾ ਕਰੇ ਜਦੋਂ ਮਿਸਤਰੀ ਆ ਗਿਆ ਫਿਰ ਇਹਨੂੰ ਉੱਪਰ ਚੱਕਾਂਗੇ। ਉਧਰ ਇੱਟਾਂ ਉੱਟਾਂ ਮੇਰੀਆਂ ਸਾਰੀਆਂ ਭਿਉਂ ਕੇ ਰੱਖੀਆਂ ਪਈਆਂ ਤੇ ਇੱਧਰਲੇ ਪਾਸੇ ਕੱਲ੍ਹ ਮੈਂ ਰੇੜੀ ਦੇ ਵਿੱਚ ਬਰੇਤੀ ਵੀ ਲਿਆਇਆ ਸੀਗਾ ਤੇ ਸਮੈਂਟ ਵੀ ਲਿਆਇਆ ਸੀਗਾ ਆਹ ਵੀ ਸਮਾਨ ਲਿਆਂਦਾ ਪਿਆ ਹੈਗਾ ਮਿਣ ਕੇ ਤਿਆਰੀ ਆ ਪੂਰੀ ਤੇ ਕਿਹੜਾ ਕਰ ਦੇਖਿਆ ਜਿਹਦੇ ਕੰਮ ਯਾਰ ਆਪਾਂ ਮਿਸਤਰੀ ਦੇ ਆਉਣ ਤੋਂ ਪਹਿਲਾਂ ਤੇ ਬਾਰ ਲਾ ਕੇ ਇੱਧਰਲੇ ਪਾਸੇ ਰੱਖਤਾ ਤੇ ਆਹ ਪਿਆ ਬਾਹਰ ਤੇ ਇੱਧਰਲੇ ਪਾਸੇ ਫਤਿਹਦੀਪ ਵੀ ਹੁਣ ਉੱਠਿਆ ਫਤਿਹਦੀਪ ਨੇ ਚੱਕ ਕੇ ਇੱਧਰ ਬਾਹਰ ਰੱਖਿਆ ਹੈਗਾ ਤੇ ਸ਼ਰਟ ਤੇ ਲਿਖਿਆ ਗਿਆ ਮਾਮੂ ਕੀ ਜਾਣਦੇ ਸਾਨੂੰ ਕਰਦਾ ਬਹੁਤ ਪਰੇਸ਼ਾਨ ਸਾਰੀ ਦਿਹਾੜੀ ਕਦੇ ਮੈਗੀ ਕਦੇ ਕਲਚੇ ਦੇ ਕਦੇ ਕੁਛ ਚੱਲਦਾ ਕਦੇ ਕੁਛ ਚੱਲਦਾ ਤੇ ਹੁਣ ਆਪਾਂ ਕੱਢਦੇ ਹਾਂ ਬੈਰੇ ਆਹ ਬਾਹਰ ਭੰਨ ਕੇ। ਲਓ ਬਾਬਿਓ ਇੱਕ ਤਾਂ ਆਪਾਂ ਕੱਢਤਾ ਬਾਹਰ ਬਹੁਤ ਡੂੰਘਾ ਸੀਗਾ ਤੇ ਤਾਂ ਵਹਿ ਮਗਰੋਂ ਮੁੜਿਆ ਵਿਆ ਸੀਗਾ ਕਿ ਟਾਈਮ ਜ਼ਿਆਦਾ ਲੱਗਦਾ ਹੈਗਾ ਤੇ ਹੁਣ ਆਪਣਾ ਆ ਰਿਹਾ ਕੱਢਣ ਵਾਲਾ ਹੁਣ ਇਹਨੂੰ ਕੱਢਦੇ ਹਾਂ ਬਾਹਰ ਤੇ ਉੱਪਰਲਾ ਕੱਢਣ ਤੋਂ ਪਹਿਲਾਂ ਆਪਾਂ ਪਸ਼ੂ ਕਰ ਦੇਈਏ ਸ਼ਾਮੇ ਸਾਰੇ ਤੇ ਆਂਟੀ ਨੇ ਬੋਕਰ ਬੋਕਰ ਮਾਰਤੀ ਆ ਤੇ ਇਹਨਾਂ ਨੂੰ ਪਾਣੀ ਪਿਆ ਕੇ ਅੰਦਰ ਕਰਕੇ ਫਿਰ ਲੱਗਦੇ ਆ ਕੰਮ ਤੇ। ਲਓ ਬਾਬਿਓ ਤੇ ਪਸ਼ੂ ਆਪਾਂ ਸਾਰੇ ਬੰਨਤੇ ਆ ਤੇ ਇੱਧਰਲੇ ਪਾਸੇ ਇਕੱਲੇ ਉਹ ਉੱਪਰਲੇ ਪਾਸੇ ਹੀ ਰਹਿ ਗਏ ਜਿਹੜੇ ਉੱਪਰ ਰਹਿ ਜਾਂਦੇ ਆ। ਨਿਕਲ ਗਿਆ ਲਫਾਫੇ ਸੀਗੇ ਨਿਕਲ ਗਿਆ ਪਾਣੀ ਸਾਰਾ ਤੇ ਚਲੋ ਆਹ ਕੰਮ ਆਪਣਾ ਨਿਬੜਿਆ ਤੇ ਹੁਣ ਫਿਰ ਆਪਾਂ ਆਪਦੇ ਵਾਲੇ ਕੰਮ 'ਤੇ ਆਉਣੇ ਆ ਹਜੇ ਮਿਸਤਰੀ ਆਇਆ ਨੀਗਾ ਥੋੜ੍ਹੇ ਟਾਈਮ ਤੱਕ ਹੀ ਆਊਗਾ ਤੇ ਹੁਣ ਆਪਾਂ ਆਹ ਉੱਪਰਲਾ ਕੱਢਦੇ ਹਾਂ। ਲਓ ਬਾਬਿਓ ਤੇ ਆਪਾਂ ਤਾਂ ਹਾਲਾ ਬੇਰਾ ਵੀ ਕੱਢਤਾ ਤੇ ਡਰਮ ਡਰੁੰਮ ਲਾ ਕੇ ਇੱਥੇ ਆਪਾਂ ਰੱਖਤਾ ਮਿਸਤਰੀ ਵਾਸਤੇ ਤੇ ਹਜੇ ਮੇਰਾ ਮਿਸਤਰੀ ਨਿਆ 1:15 ਹੋ ਗਿਆ ਤੇ ਹੁਣ ਆਪਾਂ ਕੀ ਕਰਦੇ ਹਾਂ ਸਿਮੈਂਟਰ ਲਾ ਕੇ ਰੱਖ ਦਿੰਦੇ ਹਾਂ ਹਨਾ ਸਿਮੈਂਟ ਦੇ ਬਰੇਤੀ ਆ ਤੇ ਮੇਰੇ ਹਿਸਾਬ ਨਾਲ ਵੀ ਤਾਂ ਆਪਾਂ ਰਦੇ ਮਾਰਨੇ ਆ 5-1 ਦਾ ਜਾਂ 6-1 ਦਾ ਲਾ ਦਿੰਦੇ ਹਾਂ ਤੇ ਚੱਲ ਜੂਗਾ ਹਨਾ। ਲਓ ਬਾਬਿਓ ਮੈਂ ਉਧਰਲੇ ਪਾਸੇ ਪੈਡ ਵੀ ਕਰਤੀ ਤੇ ਕੋਲੇ ਤੇ ਪਾਣੀ ਪੂਣੀ ਵੀ ਪਾਤਾ ਇੱਟਾਂ ਤੇ ਵੀ ਪਾਣੀ ਪਾਤਾ ਤੇ ਇੱਧਰਲੇ ਪਾਸੇ ਸਿਮੈਂਟ ਵੀ ਘੋਲ ਕੇ ਪਾਣੀ ਪੂਣੀ ਪਾ ਕੇ ਸਾਰਾ ਕੁਝ ਜਾਨੀ ਕੰਮ ਆਪਾਂ ਰੈਡੀ ਕਰਕੇ ਰੱਖਤਾਗਾ ਸਾਰਾ ਰੈਡੀ ਕਰਕੇ ਰੱਖਤਾ। ਮਿਸਤਰੀ ਹਜੇ ਆਇਆ ਨੀਗਾ ਤੇ ਜਿਹੜੇ ਮਿਸਤਰੀ ਨੇ ਹਜੇ ਆਉਣਾ ਨਾ ਉਹ ਕਦੇ ਲੱਕੜ ਦਾ ਕੰਮ ਕਰਨ ਗਿਆ ਹੋਇਆ ਨਾ ਤਾਂ ਉਹ ਲੱਕੜ ਦਾ ਕੰਮ ਕਰਦਾ ਤੇ ਨਾਲੇ ਕਰਦਾ ਉਹ ਦੂਜਾ ਕੰਮ ਦੋ ਕੰਮ ਕਰਦਾ ਉਹ ਤੇ ਜਦੋਂ ਆਪਾਂ ਜ਼ਿਮੀਂਦਾਰ ਘਰ ਪਾ ਨਹੀਂ ਲੈਂਦੇ ਕੋਠੀ ਜਦੋਂ ਪੈ ਜਾਂਦੀ ਜਾਂ ਘਰ ਪਾ ਲੈਂਦੇ ਆ ਅਦੂ ਬਾਅਦ ਜਿਹੜੇ ਨਿੱਕੇ ਮੋਟੇ ਕੰਮ ਹੁੰਦੇ ਆ ਫਿਰ ਉਹਨੂੰ ਯਾਦ ਕਰਦੇ ਆ ਤੇ ਉਹਦਾ ਨਾਂ ਸਤਨਾਮ ਜਦੋਂ ਆ ਗਿਆ ਫਿਰ ਤੁਹਾਨੂੰ ਮੈਂ ਮਿਲਾਉਣਾ ਹੈਗਾ ਪੂਰਾ ਯਾਰਾਂ ਦਾ ਯਾਰ ਆਪਣਾ ਤੇ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਤੇ ਕਹਿੰਦੇ ਬਾਬੇ ਸਤਨਾਮ ਮਿਸਤਰੀ ਆ ਗਿਆ ਲੈ ਕੇ ਕਰੰਡੀਆਂ ਪਹੁੰਚ ਗਿਆ ਮਿਸਤਰੀ ਤੇ ਮਾਰਦਾ ਗੇੜਾ ਚਾਰੇ ਪਾਸੇ ਕਿਉਂ ਦੇਖ ਬਾਰ ਬੂਰ ਖੋਲਤਾ ਹੁਣ ਮੈਂ ਲਾਤਾ ਤੇ ਬੈਰੇ ਬੂਰੇ ਲਾਤੇ ਸਿਮੈਂਟ 'ਚ ਪਾਣੀ ਪਾਤਾ ਇੱਟਾਂ 'ਤੇ ਪਾਣੀ ਪਾਤਾ ਕੋਲੇ 'ਤੇ ਪਾਣੀ ਪਾਤਾ ਹੁਣ ਤੂੰ ਦੱਸ ਪਾਣੀ ਪੀਣਾ ਰੋਟੀ ਖਾਣੀ ਕਿ ਚਾਹ ਪੀਣੀ ਆ ਇਹਦੇ ਨਾਲ ਫਿਰ ਦੁਬਾਰਾ ਅੱਛਾ ਉਸ ਹਿਸਾਬ ਨਾਲ ਰਦੇ ਲਾਏਗਾ ਹੈ ਚੱਲ ਠੀਕ ਆ ਲੈ ਬਾਬੇ ਮਿਸਤਰੀ ਨੂੰ ਮਿਲ ਲਓ ਤੇ ਅੱਜ ਤੋਂ ਬਾਅਦ ਫਿਰ ਹੁਣ ਇੱਥੇ ਹੀ ਰਹਿਣਾ ਇਹਨੇ ਹੁਣ ਮਹੀਨੇ 2 ਇਹਨੇ ਇੱਥੇ ਹੀ ਲਾਉਣੇ ਆ ਬਾਹਰ ਦੇ 2 ਮਹੀਨਿਆਂ ਦੇ ਵਿੱਚ ਅਸੀਂ 1 ਮਹੀਨੇ ਤੁਸੀਂ ਆਹ ਬਾਹਰ ਫਿਕਸ ਕਰ ਦੇਣਾ ਤੇ ਦੂਜੇ ਮਹੀਨੇ ਆ ਹੁਣ ਇੱਥੇ ਹੀ ਗਰਮੀ ਲੰਘਣੀ ਆ ਉਹ ਤਾਂ ਇੱਥੇ ਰੌਣਕਾਂ ਇੱਥੇ ਠੰਡੇ ਚੱਲਣਗੇ ਭੁਜਗੇ ਨਾ ਬਾਬੇ ਉੱਥੇ ਆਪਾਂ ਆਏ ਸੀਗੇ ਬਾਜ਼ਾਰ ਤੇ ਪਕੌੜੇ ਲੈਣ ਤੇ ਨਾਲੇ ਆਲੂ ਲੈ ਕੇ ਜਾਣੇ ਸਬਜ਼ੀ ਵਾਸਤੇ ਤੇ ਮਿਸਤਰੀ ਇਹਦੇ ਚਾਹ ਪੀ ਜਾਂਦਾ ਗਾ ਮੈਂ ਤੁਹਾਨੂੰ ਚਲਾ ਆਪਾਂ ਸਮਾਨ ਫੜਦੇ ਲਓ ਬਿਓ ਪਕੌੜੇ ਆਪਾਂ ਲੈ ਲਏ ਆ ਤੇ ਨਾਲ ਫਤਿਹ ਵਾਸਤੇ ਇੱਕ ਪੋਪੜੇ ਜੇ ਲੈ ਲੈਨੇ ਆ ਤੇ ਇੱਕ ਦੇ ਦੇ ਇੱਕ ਆ ਪੋਪੜੇ ਜੇ ਲੈ ਲੈਨੇ ਫਤਿਹ ਵਾਸਤੇ ਤੇ ਹੁਣ ਆਲੂ ਲੈਨੇ ਆ ਤੇ ਫਿਰ ਚੱਲਦੇ ਆ ਆਪਾਂ ਲਓ ਬਾਬਿਓ ਤੇ ਆਪਾਂ ਹੁਣ ਲੈਨੇ ਆਲੂ ਬਾਈ ਤੋਂ ਬਾਬਿਓ ਤੇ ਸਮਾਨ ਆਪਾਂ ਸਾਰਾ ਲਿਆਂਦਾ ਸਬਜ਼ੀ ਸੂਜੀ ਦਾ ਤੇ ਹੁਣ ਆਪਾਂ ਲੱਗੇ ਖਾਣ ਰੋਟੀ ਨਾਲ ਪਰੌਂਠੇ ਤੇ ਨਾਲ ਦਹੀਂ ਲੈ ਕੇ ਆਉਂਦੀ ਆ ਮਾਰੀਆ ਮੰਮੀ ਦਹੀਂ ਲਿਆ ਰੋ ਜੇ ਦੀ ਲਿਆ ਰੇ ਦਹੀਂ ਤੇ ਮਿਸਤਰੀ ਮਾੜਾ ਜਿਹਾ ਉਹ ਦੂਜਾ ਸਮਾਨ ਲੈਣ ਗਿਆ ਨਾ ਪਹਿਲਾਂ ਕਹਿੰਦਾ ਮੰਜਾ ਠੋਕ ਕੇ ਆਇਆ ਮਿਸਤਰੀ ਇਹ ਕੀ ਕਰਦਾ ਹੁੰਦਾ ਇਹਦੇ ਨਿੱਕੇ ਮੋਟੇ ਆਪਣੇ ਘਰਾਂ 'ਚ ਕੰਮ ਨਹੀਂ ਹੁੰਦੇ ਜਿਵੇਂ ਖੁਰਨੀ ਬਣਾਉਣੀ ਕੁੱਕੜਾਂ ਦੇ ਖੁੱਡੇ ਬਣਾਉਣੇ ਕੋਈ ਬਾਰ ਬੂਰ ਕੋਈ ਨਾਲੀ ਨੂਲੀ ਗੰਧੋਲੀ ਗੰਧੂਲੀ ਕੱਢਣੀ ਆ ਨਾ ਇਹ ਇਹੋ ਜਿਹੇ ਕੰਮ ਕਰਦਾ ਇਹ ਮਿਸਤਰੀ ਆ ਜਿਹੜਾ ਤੇ ਨਾਲ ਕਰਦਾ ਲੱਕੜਾਂ ਦੇ ਜਿਵੇਂ ਮੰਜੇ ਮੁੰਜੇ ਠੋਕਣੇ ਆ ਨਾ ਤੇ ਹੋਰ ਕੁਛ ਬਣਾਉਣਾ ਕਹੀ ਕੁਹਾੜੀਆਂ ਕਬੂੜੀਆਂ ਜਿੰਦਰੀਆਂ ਜੋ ਕੁਛ ਵੀ ਬਣਾਉਣਾ ਲੱਕੜ ਦਾ ਨਾਲੇ ਉਹ ਬਣਾਉਂਦਾ ਗਾ ਤੇ ਉਹਦੇ ਝੋਲੇ 'ਚ ਹੁਣ ਸੀਗਾ ਦੂਜਾ ਸਮਾਨ ਲੱਕੜ ਵਾਲਾ ਹੁਣ ਕਹਿੰਦਾ ਮੈਂ ਆ ਗਿਆ ਤੇ ਚਾਹ ਪੀ ਗਿਆ ਮਿਸਤਰੀ ਤੇ ਕਹਿੰਦਾ ਮੈਂ ਦੂਜਾ ਸਮਾਨ ਲੈ ਕੇ ਆਉਣਾ ਗਾ
ਕਰਨ ਦੀ ਤੇ ਸੀ ਤੇ ਮੈਂ ਕਿਹਾ ਚਲੋ ਨਾ ਚਾਚਾ ਆਪਾਂ ਇੱਕ ਦੋ ਫੁਲਕੇ ਖਾ ਲਗੇ ਤੇ ਸਮਾਨ ਆ ਗਿਆ ਆਪਣਾ ਤਾਂ ਛੱਕਦੇ ਹਾਂ। ਉਹ ਤੇ ਆਪਾਂ ਵੀ ਰੋਟੀ ਪਾਣੀ ਛਾਕ ਲਿਆ ਤੇ ਦਹੀਂ ਨਾਲ ਦੋ ਪਰੋਠੇ ਖਾ ਜਾਂਦੇ ਤੇ ਉਧਰ ਮਿਸਤਰੀ ਵੀ ਆ ਗਿਆ ਤੇ ਲਿਆ ਆਇਆ ਸਮਾਨ। ਅੱਜ ਤਾਂ ਕਰੂ ਗੋਸ਼ ਹੜਦਾੜੀਏ ਐਡਾ ਜਾਲਮ ਗੁੱਸਾ ਤਿੱਖਾ ਬੜਾ ਹੱਥ ਨਾ ਬਣਾ ਲਈ। ਚੱਲ ਹੁਣ ਕਿਰਾਂ ਬਾਈ ਕਹਿੰਦਾ ਬਾਰ ਆਪਾਂ ਚੱਕਦੇ, ਮਿਸਤਰੀ ਕਹਿੰਦਾ ਨਾਲ ਲਾ ਕੇ ਤੇ ਫਿੱਟ ਕਰਕੇ ਵੇਹਣੇ ਆ। ਉਹ ਬਾਬਿਓ ਤੇ ਕਿਰਾਂ ਆਪਾਂ ਬਾਰ ਇੰਨਾ ਉੱਚਾ ਚੱਕਤਾ ਤੇ ਟੰਬੇ ਟੁੰਬੇ ਲਾ ਕੇ ਬੰਨਤਾ ਤੇ ਹੁਣ ਉਧਰਲੇ ਪਾਸੇ ਆਪਾਂ ਕੱਢੀ ਜਾਂਦੇ ਆ ਥੋੜਾ ਜਿਹਾ ਮੋਹਰਾ ਕੱਢਣਾ ਤੇ ਜਿਹਦੇ ਵਿੱਚ ਆਪਾਂ ਬੇਰੇ ਚ ਲਾਉਣੇ ਆ। ਬੈਰੇ ਹੀ ਹੁੰਦੇ ਆ ਨਾ, ਬੈਰੇ ਬੈਰੇ ਹੁੰਦੇ ਨਾ ਮਿਸਤਰੀ ਬੈਰੇ, ਤੇ ਉਹ ਪਾੜੇ ਲਾਉਣੇ ਆ ਤੇ ਉਹ ਲਾ ਕੇ ਕਿਥਾਂ ਕਿਥਾਂ ਹਨਾ ਤੇ ਕਿਰਾਂ ਹੁਣ ਆਪਾਂ ਮਾਰਦੇ ਆ, ਖੱਡਾ ਮਾਰਦੇ ਆ, ਖੱਡਾ ਮਾਰ ਕੇ ਇੰਨਾ ਇੰਨਾ ਉੱਚਾ ਚੱਕਦਾ ਕਿਰਾਂ ਆਪਾਂ ਇੱਕ ਕਰਾਂਗੇ। ਇਹਨੂੰ ਨਹੀਂ ਕਰਦੇ ਫਿਰ ਵੀ ਬਾਰ ਦੋਨੇ ਬੰਦ ਹੋ ਗਏ ਤਾਂ ਘਰੇ ਕਿਵੇਂ ਵੜਾਂਗੇ, ਮੱਝਾਂ ਭੁੱਖੀਆਂ ਮਰਨਗੀਆਂ। ਅੱਖਾ ਜੂ ਹਾਏ ਤੇ ਨਹੀਂ ਭੰਡ ਦਿੰਦੇ, ਟੈਨਸ਼ਨ ਲੈ ਤੂੰ, ਮੈਂ ਆ ਗਿਆ, ਖੜ ਜਾ ਕੱਢਦਾ ਚਰੜ ਭੁੰਡੀਆਂ ਇਹਦੀਆਂ, ਖਾ ਦੋ ਮਿੰਟ ਖੜ ਜਾ। ਉਹ ਟਾਈਮ ਹੋ ਗਿਆ ਹੁਣ 11:15 ਦਾ ਤੇ ਰੋਟੀ ਪਾਣੀ ਆਪਾਂ ਛਕ ਲਈ, ਮਿਸਤਰੀ ਨੇ ਵੀ ਛਕ ਲਈ ਤੇ ਇੱਕ ਵਾਰ ਦਾ ਆਪਾਂ ਕੰਮ ਨੇੜੇ ਕਰਤਾ ਤੇ ਉਧਰਲੇ ਪਾਸੇ ਰੋਟੀਆਂ ਖਾਈ ਜਾਂਦਾ। 19:30 ਰੋਟੀਆਂ ਖਾ ਲਈਆਂ ਇਹਨੇ ਹੁਣ, ਤੇ 19:30 ਰੋਟੀਆਂ ਖਾ ਕੇ ਮਿਸਤਰੀ ਤੇ ਹੁਣ ਮੈਨੂੰ ਨਹੀਂ ਲੱਗਦਾ ਇਹ ਵਾਰ ਦੇ ਨੇੜੇ ਜਾਊਗਾ, ਇਹ ਤਾਂ ਮੈਨੂੰ ਐਂ ਲੱਗਦਾ ਮੰਜੇ ਤੋਂ ਫੜ ਕੇ ਤਾਰਨਾ ਪੈਣਾ। ਉਧਰਲੇ ਪਾਸੇ ਉਹ ਚੱਕਤਾ ਵਾਰ, ਇੰਨਾ ਇੰਨਾ ਉੱਚਾ ਚੱਕਤਾ ਵਾਰ, ਲੈ ਬਾਬਿਓ ਸਰਾ ਲਾ ਗਿਆ ਬਾਰ ਵਾਲਾ ਤੇ ਪਰ ਇੱਧਰ ਔਖਾ ਹੋ ਗਿਆ ਨਾ। ਪੂਰੇ 3:30 ਘੰਟਿਆਂ 'ਚ 19:30 ਰੋਟੀਆਂ ਖਾਧੀਆਂ ਗੱਭਰੂ ਨੇ ਤੇ ਆਪਦੀ ਜਵਾਨੀ ਵੇਲੇ ਪੂਰਾ ਹੈ ਨਾ, ਕਹਿੰਦਾ ਘਾਉਂਦਾ ਮਿਸਤਰੀ ਹੁੰਦਾ ਸੀਗਾ ਇਹ ਸੁਰੰਗਾਂ ਨੇ ਜਿਹੜੀਆਂ ਰਾਜੇ ਬਣਾਉਂਦੇ ਹੁੰਦੇ ਸੀਗੀਆਂ ਤੇ ਉਹ ਇਹਨੇ ਬਣਾਈਆਂ ਸਾਰੀਆਂ ਤੇ ਸਾਰਾ ਇਹਨੂੰ ਨਕਸ਼ਾ ਇਹਦੇ ਦਿਮਾਗ ਦੇ ਵਿੱਚ ਹਜੇ ਵੀ ਹੈਗਾ ਵੀ ਬਠਿੰਡਿਓ ਸੁਰੰਗ ਜਿਹੜੀ ਕਿਲੇ 'ਚੋਂ ਨਿਕਲ ਕੇ ਦਿੱਲੀ ਲਾਲ ਕਿਲੇ 'ਚ ਵੜਦੀ ਆ ਉਹ ਕਿਵੇਂ ਵੜਦੀ ਆ ਪੂਰਾ ਪੂਰਾ ਪਤਾ। ਕਹਿੰਦੇ ਗੱਭਰੂ ਨੂੰ ਹੱਥ ਛੱਡ ਮੀਆਂ ਖਿੱਚਕਾਂ ਲਾਈਆਂ ਦਿਹਾੜੀਆਂ ਦੇ, ਵਾਲੀ ਤਕੜੀ ਵਰਾਇਟੀ ਸੀਗੀ ਇਹ ਤਾਂ, ਜਿਹਦਾ ਫਰੀਦਕੋਟ ਵਾਲੀਆ ਰਾਜੇ ਦੇ ਵੀ ਕੰਮ ਕਰਕੇ ਆਇਆ ਮਹਿਲ 'ਚ। ਅੱਜ ਕੱਲ੍ਹ ਕਹਿੰਦੇ ਹੁਣ ਪਟਿਆਲੇ ਵਾਲੇ ਰਾਜੇ ਦੇ ਸੀਸ ਮਹਿਲ 'ਚ ਮੁੰਡਾ ਸੀਸੇ ਲਾਉਂਦਾ, ਸੀਸੇ ਇਹਦਾ ਵਾਲੇ ਚੱਬ ਕੱਢਦਾ ਬਾਬਿਓ। ਉਹ ਬਾਬਿਓ ਤੇ ਇੱਕ ਵਾਰ ਆਪਾਂ ਰੈਡੀ ਕਰਤਾ ਤੇ ਮਿਸਤਰੀ ਵੀ ਚਲਿਆ ਗਿਆ ਤੇ ਟਾਈਮ ਹੋ ਗਿਆ ਹੁਣ 12:30 ਦਾ, ਆਪਾਂ ਵੀ ਨਹਾਉਣੇ ਧੋਣੇ ਆ, ਰੈਸਟ ਕਰਦੇ ਹਾਂ ਤੇ ਇੱਧਰਲਾ ਵਾਰ ਆਪਾਂ ਤਾਂ ਨਹੀਂ ਕਰਿਆ ਕਿਉਂਕਿ ਆਪਣੇ ਫਿਰ ਬਾਹਰ ਨਿਕਲੂ ਥਾਂ ਨਹੀਂ ਜੀ, ਆਪਾਂ ਦੋਨੇ ਕਰ ਦਿੰਦੇ ਤੇ ਖੋਲ੍ਹਣੇ ਨਹੀਂ ਨਾ 2 ਦਿਨ ਲਈ ਤੇ ਕਿਉਂਕਿ ਗਿੱਲੇ ਆ ਫਿਰ 2 ਦਿਨਾਂ ਸੁੱਕਣਗੇ ਫਿਰ ਬਾਰ ਖੁੱਲੂਗਾ ਤੇ ਇਸੇ ਕਰਕੇ ਇੱਕ ਵਾਰ ਅੱਜ ਕਰਤਾ ਤੇ ਕੱਲ੍ਹ ਨੂੰ ਮਿਸਤਰੀ ਆਉਂਦਾ ਨਹੀਂਗਾ ਕਿਉਂਕਿ ਕੱਲ੍ਹ ਨੂੰ ਮੈਂ ਇੱਧਰਲੀ ਤਿਆਰੀ ਕਰਕੇ ਰੱਖ ਦੂੰਗਾ ਇਹਦੀ, ਆਹ ਵਾਰ ਮੈਂ ਲਾ ਕੇ ਖੱਡੇ ਖੁੱਡੇ ਮਾਰ ਕੇ ਤੇ ਦੋਨੇ ਕੋਲਿਆਂ 'ਤੇ ਪਾਣੀ ਪੂਣੀ ਲਾ ਕੇ ਇਹਨੂੰ ਆਪਾਂ ਪਲਸਤਰ ਕਰਾਂਗੇ ਵੀ ਕੱਲ੍ਹ ਨੂੰ ਮੈਂ ਇਹੋ ਜਿਹੇ ਕੰਮ ਕਰ ਦੂੰਗਾ। ਬਾਕੀ ਕੱਲ੍ਹ ਨੂੰ ਮੇਰੀ ਟਰਾਈ ਵੀ ਆ ਫਰੀਦਕੋਟ ਅਤੇ ਲਾਇਸੈਂਸ ਦੀ ਅਤੇ ਕਿਉਂਕਿ ਮੈਂ ਉੱਥੇ ਵੀ ਜਾਣਾ ਪਰ ਪਰਸੋਂ ਆਊਗਾ ਸਤਨਾਮ ਮਿਸਤਰੀ ਅਤੇ ਪਰਸੋਂ ਆਪਾਂ ਨਾਲੇ ਤਾਂ ਆਹ ਵਾਰ ਲੁੱਟ ਕਰ ਦਾਂਗੇ ਅਤੇ ਨਾਲੇ ਕੋਲ ਪਲਸਤਰ ਕਰ ਦਾਂਗੇ ਅਤੇ ਇਹ ਕੰਮ ਨਮੇੜ ਦੇਵਾਂਗੇ। ਤੇ ਚੱਲ ਬਾਬੇ ਜਵਾਂ ਸਿਖਰ ਦੁਪਹਿਰਾ ਗਾ ਤੇ ਚੱਲ ਗਏ ਕੂਲਰ ਦੇ ਮੂਹਰੇ ਤੇ ਨਾਗੇ ਤੋਂ ਗਏ ਯਾਰ, ਸੋਨੇ ਆ ਹੁਣ ਫਿਰ ਤੁਹਾਨੂੰ ਸ਼ਾਮ ਨੂੰ ਮਿਲਦੇ ਆ। ਠੀਕ ਆ ਬਾਬੇ, ਉਹ ਤਾਂ ਟਾਈਮ ਹੋ ਗਿਆ 5:15 ਦਾ ਤੇ ਹੁਣ ਉੱਠ ਗਿਆ ਹਾਂ ਮੈਂ, ਉੱਠਣ ਦਾ ਮੈਨੂੰ 1/2 ਘੰਟਾ ਹੋ ਗਿਆ ਪਰ ਮੈਂ ਉਦੋਂ ਨਹਾ ਨੂ ਕੇ ਸੌਂ ਗਿਆ ਕਿਉਂਕਿ ਬਾਹਰ ਦਾ ਕੰਮ ਕੁੰਮ ਨਮੇੜ ਕੇ ਤੇ ਹੁਣ ਆਪਾਂ ਪਸੂ ਨੂੰ ਪਾਣੀ ਪੂਣੀ ਪਿਆਉਣੇ ਆ ਹਨਾ ਸਾਰਿਆਂ ਨੂੰ ਤੇ ਪਾਣੀ ਪਿਆ ਕੇ ਤੇ ਫਿਰ ਚੱਲਦੇ ਹਾਂ ਬਾਜ਼ਾਰ ਤੇ ਬਾਜ਼ਾਰੋਂ ਨਾਲ ਤਾਂ ਗੋਲ ਗੱਪੇ ਖਵਾ ਕੇ ਲਿਆਉਣੇ ਆ ਫਤਦੀਪ ਨੂੰ, ਨਾਲੇ ਆਪ ਖਾ ਕੇ ਆਵਾਂਗੇ। ਮਾਰੀਆ ਕਹਿੰਦੀ ਮੈਂ ਵੀ ਨਾਲ ਜਾਊਂਗੀ, ਨਾਲੇ ਆਪਾਂ ਚਿਕਨ ਲੈ ਕੇ ਆਵਾਂਗੇ, ਚਿਕਨ ਬਣਾਵਾਂਗੇ, ਅੱਜ ਕੜਾਹੀ ਚਿਕਨ ਬਣਾਵਾਂਗੇ, ਜੀ ਕਰੀ ਜਾਂਦਾ ਚਿਕਨ ਖਾਣ ਨੂੰ ਯਾਰ, ਬਹੁਤ ਦਿਨ ਹੋਏ ਕਿੰਨੇ ਦਿਨ ਹੋਏ ਚਿਕਨ ਖਾਧਾ ਹੀ ਨਹੀਂਗਾ ਕਿਉਂਕਿ ਬਾਹਰ ਤਾਂ ਇੰਨਾ ਟਾਈਮ ਲਾਉਂਦੇ ਨਹੀਂ ਸੀਗੇ, ਹਫ਼ਤੇ 'ਚ 3 ਦਿਨ 4 ਦਿਨ ਕੋਈ ਨਾ ਕੋਈ ਚਿਕਨ ਕਿਸੇ ਤਰ੍ਹਾਂ ਦਾ ਕੜਾਹੀ ਚਿਕਨ ਜਾਂ ਲੈਵਨ ਚਿਕਨ ਜਾਂ ਕਿੱਦਾਂ ਦਾ ਵੀ ਹੈ ਨਾ ਰੋਸਟਡ ਕੋਈ ਨਾ ਕੋਈ ਬਣਾਉਂਦੇ ਰਹਿੰਦੇ ਸੀਗੇ ਅਤੇ ਅੱਜ ਲੈ ਕੇ ਆਉਂਦੇ ਹਾਂ। ਇੱਥੇ ਥੋੜ੍ਹਾ ਜਿਹਾ ਮੰਮੀ ਹੋਰੂ ਜੇ ਕਰਦੀ ਚਿਕਨ ਦੇ ਨਾਲ ਨੂੰ, ਐਸੇ ਕਰਕੇ ਅਸੀਂ ਘਰੇ ਇੱਕ ਘੱਟ ਬਣਾਉਣੇ ਹਾਂ ਅਤੇ ਅੱਜ ਲੈ ਕੇ ਆਵਾਂਗੇ, ਅੱਜ ਖਾਵਾਂਗੇ ਬਣਾ ਕੇ ਅਤੇ ਹੁਣ ਆਪਾਂ ਬਾਹਲੀਆਂ ਗੱਲਾਂ ਨਾ ਕਰਕੇ ਬਾਈ ਬਣ ਕੇ ਅਤੇ ਆਪਾਂ ਹੁਣ ਮੱਝਾਂ ਦਾ ਕੰਮ ਨਮੇੜ ਦੇ ਗਏ ਪਹਿਲਾਂ ਹਨਾ, ਇਹ ਨਮੇੜਨ ਤੋਂ ਬਾਅਦ ਅਤੇ ਫਿਰ ਉਹ ਬਾਰ ਵੀ ਆਪਣਾ ਚੰਗੀ ਤਰ੍ਹਾਂ ਸੁੱਕ ਗਿਆ ਅਤੇ ਉਹਦੇ 'ਤੇ ਵੀ ਫਿਰ ਆਪਾਂ ਪਾਣੀ ਪੂਣੀ ਮਾਰਾਂਗੇ ਹਨਾ, ਕਰਾਂਗੇ ਸੈਟਿੰਗ ਉਹਦੀ ਵੀ। ਉਹ ਤਾਂ ਟਾਈਮ ਹੋ ਗਿਆ ਹੁਣ 6 ਦਾ ਅਤੇ ਆਪਾਂ ਚੱਲਦੇ ਹੁਣ ਬਾਜ਼ਾਰ ਅਤੇ ਇੱਧਰ ਕੰਮ ਨਮੇੜਤਾ ਸਾਰਾ ਪਸਿਆਂ ਪੁਸਿਆਂ ਦਾ ਅਤੇ ਮੈਂ ਅਤੇ ਫਤਿਹਦੀਪ ਜਾਂਦੇ ਹਾਂ ਬਾਜ਼ਾਰ ਅਤੇ ਮੰਮੀ ਵੀ ਨਾਲ ਜਾਊਗੀ ਪਰ ਮੰਮੀ ਨੂੰ ਆਪਾਂ ਰਾਹ ਦੇ ਵਿੱਚ ਰਸਤੇ 'ਚ ਤਾਰ ਜਾਂਗੇ ਤੇ ਫਤਿਹਦੀਪ ਨੂੰ ਆਪਾਂ ਨਾਲ ਤਾਂ ਸਮਾਨ ਸਮੂਨ ਕਵਾ ਕੇ ਲਿਆਉਣੇ ਆ, ਕਹਿੰਦਾ ਭੁੱਖ ਲੱਗੀ ਭੁੱਖ ਲੱਗੀ ਤੇ ਮਾਰੀਆ ਵਿਚਾਰੀ ਉਹ ਬੈਠੀ ਤੇ ਉਹ ਆਪਣੇ ਆਪਾਂ ਚਿਕਨ ਲੈ ਕੇ ਆਉਣਾ ਨਾ, ਚਿਕਨ ਨਾਲ ਸਮਾਨ ਚੀਰੀ ਜਾਂਦੀ ਆ ਸਾਰੇ ਗੰਢੇ ਗੁੰਢੇ ਮਾਰੀਆ, ਸਾਰਾ ਗਰੈਂਡਰ ਗੁੰਡਰ ਕਰਕੇ ਸਰਾ ਲਾ ਕੇ ਰੱਖੀ ਜਾਏਗਾ ਕੰਮ, ਪੂਰੀ ਵਧੀਆ ਗ੍ਰੇਵੀ ਵਾਲਾ ਬਣਾਵਾਂਗੇ ਆਪਾਂ ਕੜਾਹੀ ਚਿਕਨ, ਨਿੰਬੂ ਨਿੰਬੂ ਪਾ ਕੇ ਸਰਾ ਲਾ ਦਾਂਗੇ। ਤੇ ਆਪਾਂ ਪਹੁੰਚ ਗਏ ਬਾਜ਼ਾਰ ਤੇ ਬਾਕੀ ਸਮਾਨ ਲੈ ਲਿਆ ਫਤਿਹ ਦੀ ਸਾਰੇ ਕਿੱਟ ਦੇ ਵਿੱਚ ਲੈ ਲਿਆ ਸਮਾਨ, ਆ ਕੀ ਬੜੀ ਪਤਾ ਕਿੱਟ ਤੇ ਹੁਣ ਆਪਾਂ ਖਾਂਦੇ ਹਾਂ ਗੋਲ ਗੱਪੇ ਬਾਈ ਤਾਂ, ਤੇ ਹੁਣ ਆਪਾਂ ਗੋਲ ਗੱਪੇ ਖਾਂਦੇ ਹਾਂ ਫਤਿਹ ਦਾ ਹੋ ਗਿਆ ਨੇੜੇ ਟੁੱਟ ਚੱਲ।
ਲੈ ਬਾਬੇ ਹੁਣ ਆਪਾਂ ਪੈਕ ਨਾਲਗੇ ਨਾਲ ਮਾਰੀ ਵਾਸਤੇ ਬਾਈ ਪੈਕ ਕਰੀ ਜਾਂਦਾ ਹੈ ਤੇ ਫਤੇ ਦੀ ਬਣੇ ਇਧਰ ਖਾ ਲੇ ਪਾਣੀ ਪੀ ਰਿਹਾ ਹੁਣ ਮਿਰਚ ਵਾਲਾ ਪਾਣੀ ਹੈ ਫਤੇ ਪੀਤਾ ਨਹੀਂ ਜਾਣਾ ਓਏ ਬੜਾ ਗਰਮ ਆ ਏ ਗੋਲ ਗੱਪਾ ਖਾਲਾ ਹੋਰ ਟੁੱਟਦਾ ਦੇਖੋ ਬਾਬੇ ਇਹ ਸਾਰੇ ਮੂੰਹ ਚ ਨਹੀਂ ਮੇਰਾ ਮੂੰਹ ਛੋਟਾ ਹੈ ਰਾਹ ਤੋਂ ਬਾਹਰ ਨਿਕਲ ਜਾਂਦਾ ਬਾਹਰ ਨਿਕਲ ਜਾਂਦਾ ਹੈਗਾ ਮੂੰਹ ਛੋਟਾ ਹੈਗਾ ਬਾਈ ਵੀ ਹੱਸੀ ਜਾਂਦਾ ਹੈਗਾ गोलगप्पे खाने तो बाद हूँ आ गया फीड वाली दुकान से फीड का गट्टा चक दिया मुक्की पई सी गट्टा मैं लभना पैदा यार मेरे वाला कि मैं लेके जाना हूं चलो वेने फिर क्या फतेह ठीक है राजी कहना तो कल फिर फतेह पीजा खवा के लेके जाना कल पीजा तो अज हजे कड़ाही चिकन बाकी पिया अजे तो कहना मैं कड़ाही चिकन खाना खुश होया फता पूरा गट्टा रख लिया मगर बहे गट्टा थोड़ा पेपर आया कढ़वा के लिया फोन से फोटो आई सी भी कढ़ा थोड़ा काम बाकी सारा निपट गया थोड़ा ही रहा चलो आ कम निमेट के फिर चलते हैं घर वो तो आप चलते हूँ जिसने के घर तो बीबी आई सी तो बीबी ने कह दी घर लेके जाना गा तो सूए तो घर आ कोई काम कुम होना गा थोड़ा मोटा तो चल चलते आप लो बाबे वो इधरले पासे फतेह दी भी रोटी खाई जाता है चिकन के नाल इधरले पासे अपना चिकन भी देखो पर मैं अच्छे कढ़ाई चिकन बनाना सब तो बनाया नहीं क्योंकि ब्लॉग के देखा है ना मैं बीबी के घर जाना पै गया इस करके मारिया ने बनाता है ये तो देसी स्टाइल से बनाता तरी वाला तो आज मारिया खा के रोटी खा तो हम आप खाने चिकन इधर फतेह दी सरा सरा टेस्टी है पूरा सरा तो टाइम हो गया 9:30 का तो मैं रोटी पानी छक के बाहर गेड़ा गुड़ा भी कढ़िया आ तो क्योंकि तोरा फेरा जरूरी है ना रोटी खा के नाल दी नाल पैना भी नहीं चाहिए अपन तो हूँ मैं लग्या वीडियो में एडिट कर क्योंकि यही ब्लॉग सुबह होना है ना 7 बजे मेरा ब्लॉग आ जाता होंगे तो डेली देखा करो मेरे वीर भरा मैंने तो जरूर वो तो वह लाइक तो शेयर तो कमेंट करके जरूर दसा करो अपना ब्लॉग कितना नहीं लगता जेडे वीर भरा नवे आए अपने चैनल जरूर सबसक्राइब करो तो हम सूँ पा मिलेंगे नैक्सट ब्लॉग के ओके बाय।